ਸਤਿ ਸ਼੍ਰੀ ਅਕਾਲ। ਸੋ ਜਿੱਥੇ ਆਪਾਂ ਕੈਨੇਡਾ ਜਾਣ ਵਾਲੇ ਬੱਚਿਆਂ ਦੇ ਸੁਪਨੇ ਪੂਰੇ ਕੀਤੇ, ਉੱਥੇ ਅੱਜ ਇੱਕ ਇਹੋ ਜਿਹੇ ਬੱਚੇ ਦਾ ਵੀਜ਼ਾ ਆਇਆ ਜਿਹਦਾ ਕੇਸ ਲੈਣ ਤੋਂ ਕਾਫ਼ੀ ਏਜੰਟਸ ਨੇ ਨਾ ਖਰੀਦੀ ਸੀ, ਇੱਥੋਂ ਤੱਕ ਕਿ ਕਈ ਏਜੰਟਸ ਨੇ ਉਹਦਾ ਕੇਸ ਲੈ ਕੇ 3-3 ਮਹੀਨੇ ਆਪਣੇ ਕੋਲ ਰੱਖ ਕੇ ਕੇਸ ਵਾਪਸ ਕਰ ਦਿੱਤਾ, ਕਿਉਂਕਿ 2015 'ਚ ਬੱਚਾ ਪਾਸ ਆਊਟ ਸੀਗਾ, ਦੈਨ ਵਰਕ ਵੀਜ਼ੇ 'ਤੇ ਵੱਖਰੇ ਵੱਖਰੇ ਵੀਜ਼ਾ 'ਤੇ ਵੱਖਰੇ ਵੱਖਰੇ ਕੰਟਰੀ 'ਚ ਬੱਚਾ ਟਰੈਵਲ ਵੀ ਕਰ ਚੁੱਕਾ ਸੀ। ਕੈਨੇਡਾ ਤੋਂ ਪ੍ਰੀਵੀਅਸ ਰਿਫਿਊਜ਼ਲ ਸੀਗਾ, 5 ਬੈਂਡ ਇੱਕ ਮੋਡਿਊਲ 'ਚ ਹੋ ਗਏ ਸੀਗੇ, ਓਵਰਆਲ 6 ਬੈਂਡ ਟੈਸਟ ਨਹੀਂ ਅਬਰੋਡ ਆ, ਜਿਸ ਬੱਚੇ ਦਾ ਵੀਜ਼ਾ ਲੈਣ 'ਚ ਕਾਮਯਾਬ ਹੋਈ ਹੈ। ਕੰਗਰੈਚੁਲੇਸ਼ਨ, ਚੌਦਾਂ ਤੋਂ ਟਰਾਈ ਕਰ ਰਿਹਾ ਇਸ ਚੀਜ਼ ਦੀ, ਠੀਕ ਆ। ਬਹੁਤ ਸਾਰੇ ਲੋਕਾਂ ਨੇ ਇਸਕੀ ਮੇਰੇ ਪੈਸੇ ਵੀ ਖਾਤੇ, ਓਨੈਸਟਲੀ ਮੈਂ ਝੂਠ ਨਹੀਂ ਬੋਲੂੰਗਾ, ਠੀਕ ਆ, ਬਟ ਚਲੋ ਮੈਂ ਬਟ ਫਿਰ ਵੀ ਉਮੀਦ ਨਹੀਂ ਛੱਡੀ ਕਿ ਮੈਂ ਨਹੀਂ ਮੈਂ ਟਰਾਈ ਕਰਨਾ ਵਾ ਅਤੇ ਮੈਂ ਆਪਣਾ ਐਫਰਟ ਕਰਕੇ ਹਟਦੀ ਹਾਂ। ਬਟ ਲਾਸਟ ਟਾਈਮ ਸੀ ਮੇਰਾ ਵੀ ਮਿਸ, ਲਾਸਟ ਟਾਈਮ ਮੈਂ ਟਰਾਈ ਕਰੂੰਗਾ, ਦੇਖੋ ਕੀ ਬਣਦਾ, ਨਹੀਂ ਤਾਂ ਫਿਰ ਜਿਹੜੇ ਪੈਸੇ ਫਿਰ ਕਿੱਥੇ ਕਿੱਥੇ। ਮੈਂ ਐਡ ਦੇਖੀ ਸੀ ਤੁਹਾਡੀ, ਠੀਕ ਆ, ਫਿਰ ਮੈਂ ਆਇਆ ਸੀ, ਮੈਮ ਦੇ ਨਾਲ ਗੱਲ ਕੀਤੀ, ਫਿਰ ਮੈਮ ਨੇ ਮੈਨੂੰ ਗਾਈਡ ਕੀਤਾ ਅਤੇ ਮੈਨੂੰ ਮੈਂ ਫੈਮਲੀ ਨੂੰ ਵੀ ਲੈ ਕੇ ਆਇਆ ਸੀ, ਮੈਨੂੰ ਵਧੀਆ ਲੱਗਾ। ਪੈਸਾ ਦਿੱਤਾ? ਨਹੀਂ, ਕੋਈ ਪੈਸਾ ਨਹੀਂ।